ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਦੇ ਵਿੱਚ। ਦੋਸਤੋ, ਕੱਲ ਜਿੱਥੇ 8ਵੀਂ ਜਮਾਤ ਦਾ ਪੰਜਾਬੀ ਦਾ ਪੇਪਰ ਹੈ, ਉੱਥੇ ਨਾਲ ਹੀ ਦੂਸਰਾ ਪੇਪਰ ਗਣਿਤ ਦਾ ਵੀ ਹੈ, ਯਾਨੀ ਕਿ ਮੈਥ ਦਾ ਪੇਪਰ ਹੈ। ਸੋ ਦੋਸਤੋ, ਕਾਫੀ ਸਾਰੇ ਵਿਦਿਆਰਥੀ ਕਮੈਂਟ ਕਰਕੇ ਕਹਿ ਰਹੇ ਸਨ, ਸਰ ਸਾਡੇ ਲਈ ਵੀ ਇੰਪੋਰਟੈਂਟ ਕੁਐਸਚਨ ਲੈ ਕੇ ਆਉਂਦੇ ਜਾਣ ਮੈਥ ਦੇ। ਸੋ ਅਸੀਂ ਉਹਨਾਂ ਵਿਦਿਆਰਥੀਆਂ ਦੇ ਲਈ ਲੈ ਕੇ ਆਏ ਹਾਂ ਮੈਥ ਦਾ ਮਾਡਲ ਟੈਸਟ ਪੇਪਰ। ਜੀ ਹਾਂ, ਕੱਲ ਤੁਹਾਡਾ ਜਿਹੜਾ ਪੇਪਰ ਹੈ ਇਹ ਉਸਦਾ ਮਾਡਲ ਟੈਸਟ ਪੇਪਰ ਹੈ। ਕੁਝ ਇੰਪੋਰਟੈਂਟ ਕੁਐਸਚਨ ਨੇ, ਤੇ ਪੇਪਰ ਦਾ ਪੈਟਰਨ ਵੀ ਇਸ ਤਰ੍ਹਾਂ ਦਾ ਰਹੇਗਾ, ਜਿਸ ਨਾਲ ਇਸ ਨੂੰ ਇੱਕ ਵਾਰੀ ਜ਼ਰੂਰ ਦੇਖ ਕੇ ਜਾਣਾ, ਤਾਂ ਤੁਹਾਨੂੰ ਪੇਪਰਾਂ ਵਿੱਚ ਸਹੂਲਤ ਹੋ ਜਾਏ। ਸੋ ਦੋਸਤੋ, ਬਿਨਾਂ ਸਮਾਂ ਵੇਸਟ ਕਰਦੇ ਹੋਏ ਤੁਹਾਨੂੰ ਇਹ ਸਾਰਾ ਪੇਪਰ ਨੀਚੇ ਤੋਂ ਲੈ ਕੇ ਉੱਪਰ ਤੱਕ ਸਕਰੋਲ ਕਰਕੇ ਦਿਖਾਵਾਂਗੇ। ਤੁਸੀਂ ਇੱਕ ਵਾਰੀ ਸਾਰੇ ਪ੍ਰਸ਼ਨ ਨੋਟ ਕਰ ਲੈਣਾ, ਜਾਂ ਫਿਰ ਇਸਦਾ ਸਕਰੀਨਸ਼ਾਟ ਲੈ ਲੈਣਾ, ਜਾਂ ਫਿਰ ਇਸ ਤੇ ਪੌਜ਼ ਕਰਕੇ ਵੀ ਇਹਨਾਂ ਨੂੰ ਨੋਟ ਕਰ ਸਕਦੇ ਹੋ, ਜਿਵੇਂ ਵੀ ਤੁਹਾਨੂੰ ਠੀਕ ਲੱਗੇ ਉਵੇਂ ਤੁਸੀਂ ਕਰ ਲੈਣਾ। ਸੋ ਦੋਸਤੋ, ਸਮੇਂ ਦੀ ਕਮੀ ਹੋਣ ਕਰਕੇ ਅਸੀਂ ਇਸ ਪੇਪਰ ਨੂੰ ਸੋਲਵ ਕਰਕੇ ਨਹੀਂ ਲੈ ਕੇ ਆ ਸਕੇ। ਤੁਸੀਂ ਆਪਣਾ ਇੱਕ ਵਾਰੀ ਜ਼ਰੂਰ ਦੇਖ ਲੈਣਾ, ਸਾਰੇ ਕੁਐਸਚਨ ਇੰਪੋਰਟੈਂਟ ਨੇ। ਸੋ ਦੋਸਤੋ, ਇਸ ਤਰ੍ਹਾਂ ਦੇ ਪੇਪਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਸੀ ਸਾਡੇ ਚੈਨਲ ਸਬਸਕ੍ਰਾਈਬ ਵੀ ਕਰ ਲੈਣਾ, ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਲੈਣਾ, ਤਾਂ ਕਿ ਬਾਕੀ ਵਿਦਿਆਰਥੀਆਂ ਤੱਕ ਵੀ ਇਹ ਇੰਪੋਰਟੈਂਟ ਕੁਐਸਚਨ ਪਹੁੰਚ ਸਕਣ। ਸੋ ਦੋਸਤੋ, ਸਾਰੇ ਕੁਐਸਚਨ ਇੰਪੋਰਟੈਂਟ ਨੇ, ਇੱਕ ਵਾਰੀ ਜ਼ਰੂਰ ਦੇਖ ਲੈਣਾ। ਕੱਲ ਤੁਹਾਡਾ ਜਿੱਥੇ ਪੰਜਾਬੀ ਦਾ ਪੇਪਰ ਹੈ, ਉੱਥੇ ਹੀ ਤੁਹਾਡਾ ਦੂਸਰਾ ਪੇਪਰ ਜਿਹੜਾ ਹੈ ਉਹ ਮੈਥ ਦਾ ਹੈ, ਯਾਨੀ ਕਿ ਗਣਿਤ ਦਾ ਪੇਪਰ ਹੈ। ਸੋ ਇੱਕ ਵਾਰੀ ਇਹ ਸਾਰੇ ਪ੍ਰਸ਼ਨ ਪੜ੍ਹ ਕੇ ਜਾਣਾ, ਸਾਰੇ ਦੇ ਸਾਰੇ ਪ੍ਰਸ਼ਨ ਬੇਹੱਦ ਇੰਪੋਰਟੈਂਟ ਹਨ। ਠੀਕ ਹੈ ਦੋਸਤੋ, ਸੋ ਸੋਲਵ ਨਹੀਂ ਕਰ ਸਕੇ ਹਾਂ ਤੁਹਾਨੂੰ ਦੱਸਿਆ ਹੈ ਸਮੇਂ ਦੀ ਕਮੀ ਕਰਕੇ। ਸੋ ਇਹ ਸਾਰੇ ਦਾ ਸਾਰਾ ਪੇਪਰ ਅਸੀਂ ਤੁਹਾਡੇ ਲਈ ਸਕਰੋਲ ਕਰਕੇ ਦਿਖਾਵਾਂਗੇ। ਜਿਸ ਵੀ ਤਰੀਕੇ ਨਾਲ ਤੁਸੀਂ ਨੋਟ ਕਰਨਾ ਚਾਹੁੰਦੇ ਹੋ, ਇਸ ਵਾਰੀ ਇੱਕ ਵਾਰੀ ਕਰਕੇ ਜ਼ਰੂਰ ਦੇਖ ਲੈਣਾ। ਠੀਕ ਹੈ ਦੋਸਤੋ, ਸੋ ਦੋਸਤੋ ਇਹ ਸੀ 8ਵੀਂ ਜਮਾਤ ਦਾ ਗਣਿਤ ਦਾ ਪੇਪਰ, ਜੋ ਕਿ ਕੱਲ ਹੈ ਉਸਦਾ ਮਾਡਲ ਟੈਸਟ ਪੇਪਰ। ਸੋ ਦੋਸਤੋ, ਇਸ ਤਰ੍ਹਾਂ ਦੇ ਮਾਡਲ ਪੇਪਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵਾਂ ਸੈਂਪਲ ਪੇਪਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।